ਪਿਛਲੇ ਹਫ਼ਤੇ ਆਪਾਂ ਦੇਖਿਆ ਸੀਗਾ ਜਿਹੜੀ ਰੇਨਫਾਲ ਹੈਗੀ ਹੈ ਉਹ ਡੈਫੀਸਿਟ ਸੀਗੀ ਅਤੇ ਰਾਤੀਂ ਇੱਕ ਸਿਸਟਮ ਬਣਿਆ ਆਪਣੇ ਸੈਂਟਰਲ ਪੰਜਾਬ ਦੇ ਵਿੱਚ ਅਤੇ ਸਵੇਰੇ ਜਿਹੜੀ ਹੈਗੀ ਹੈ 4:30 ਵਜੇ ਦੇ ਆਸ ਪਾਸ ਜਿਹੜੀ ਹੈਗੀ ਹੈ 18 ਮਿਲੀਮੀਟਰ ਰੇਨਫਾਲ ਪਈ ਹੈ ਅਤੇ ਲੁਧਿਆਣੇ ਦੇ ਆਲੇ ਦੁਆਲੇ ਵੀ ਪਈ ਹੈ, ਕਈ ਹੋਰ ਜਗ੍ਹਾ ਵੀ ਮੈਂ ਡੇਟਾ ਦੇਖਿਆ ਉੱਥੇ ਵੀ ਜੋ ਹੈ ਰੇਨਫਾਲ ਪਈ ਹੈ। ਇਸ ਕਰਕੇ ਜੋ ਨਾ ਟੈਂਪਰੇਚਰ ਹੋਰ ਨੋਰਮਲ ਆ ਗਿਆ, ਤਾਪਮਾਨ ਇਸ ਟਾਈਮ ਜੋ ਹੈ ਅੱਜ ਕੱਲ੍ਹ 2-3 ਦਿਨ ਜਿਹੜਾ ਮੈਂ ਦੱਸਿਆ ਮੈਕਸੀਮਮ ਜਿਹੜਾ ਸੀਗਾ 36-37 ਚੱਲਦਾ ਪਿਆ ਸੀਗਾ, ਲੇਕਿਨ ਕੱਲ੍ਹ ਜਿਹੜਾ ਰਿਕਾਰਡ ਕੀਤਾ ਉਹ 34 ਡਿਗਰੀ ਸੀਗਾ ਅਤੇ ਨੀਚੇ ਵਾਲਾ ਮਿਨੀਮਮ ਟੈਂਪਰੇਚਰ ਜਿਹੜਾ ਉਹ 26 ਡਿਗਰੀ ਟੈਂਪਰੇਚਰ ਸੀਗਾ। ਇਹ ਜਿਹੜਾ ਨੋਰਮਲ ਟੈਂਪਰੇਚਰ ਦੇ ਵਿੱਚ ਆਉਂਦਾ, ਜ਼ਿਆਦਾ ਹੈਵੀ ਰੇਨਫਾਲ ਦੀ ਫੋਰਕਾਸਟ ਨਹੀਂ ਗੀ ਅਤੇ 28 ਅਗਸਤ ਤੋਂ ਬਾਅਦ ਇੱਕ ਐਕਟਿਵ ਮੌਨਸੂਨ ਸਿਸਟਮ ਆ ਰਿਹਾ, ਉਸ ਤੋਂ ਬਾਅਦ ਜੋ ਹੈ ਮੈਕਸੀਮਮ ਜਿਹੜੀ ਹੈਗੀ ਹੈ ਜ਼ਿਆਦਾ ਰੇਨਫਾਲ ਦੀ ਜਿਹੜੀ ਹੈਗੀ ਆ ਉਮੀਦ ਹੈਗੀ ਹੈ, ਬਟ 26-27 ਨੂੰ ਜਿਹੜੀ ਹੈਗੀ ਆ ਆਪਣੀ ਜ਼ਿਆਦਾ ਮੀਂਹ ਦੀ ਫੋਰਕਾਸਟ ਨਹੀਂ ਗੀ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਵਿੱਚ ਮੌਸਮ ਖਬਰਨਾਮਾ। ਅਗਰ ਗੱਲ ਕਰੀਏ ਵੈਦਰ ਦੀ ਤਾਂ ਲਗਾਤਾਰ ਵੈਦਰ ਇਸ ਹਫ਼ਤੇ ਕਾਫੀ ਅੱਛਾ ਦੇਖਣ ਨੂੰ ਮਿਲਿਆ, ਬਰਸਾਤਾਂ ਵੀ ਪਿਛਲੇ ਹਫ਼ਤੇ 2 ਦਿਨ ਬੈਕ ਟੂ ਬੈਕ ਹੋਈਆਂ, ਭਾਵੇਂ ਥੋੜ੍ਹਾ ਮੂਡ ਜ਼ਰੂਰ ਖਰਾਬ ਹੋਇਆ ਰਕਸ਼ਾ ਬੰਧਨ ਦੇ ਦਿਨ, ਕਿਉਂਕਿ ਭੈਣਾਂ ਨੇ ਆਪਣੇ ਭਰਾਵਾਂ ਦੇ ਘਰ ਰਾਖੀ ਬੰਧਨ ਜਾਣਾ ਸੀਗਾ, ਲੇਕਿਨ ਫਿਰ ਵੀ ਮੌਸਮ ਦਾ ਜਿਹੜਾ ਰੁਝਾਨ ਸੀਗਾ ਕਾਫੀ ਵਧੀਆ ਰਿਹਾ। ਲੇਕਿਨ ਅੱਗੇ ਗੱਲ ਕਰੀਏ ਫਾਈਨਲੀ ਜਨਮ ਅਸ਼ਟਮੀ ਲੈ ਕੇ, ਕਿਉਂਕਿ 2 ਦਿਨਾਂ ਦੇ ਬਾਅਦ ਜਨਮ ਅਸ਼ਟਮੀ ਆ ਰਹੀ ਔਰ ਉਸ ਦਿਨ PAU ਵੀ ਬੰਦ ਰਹੇਗਾ, ਅਤੇ ਇਸ ਲਈ ਅੱਜ ਚਰਚਾ ਅਸੀਂ ਜਨਮ ਅਸ਼ਟਮੀ ਦੇ ਉੱਪਰ ਕਰਾਂਗੇ ਕਿ ਆਉਣ ਵਾਲੇ 2 ਦਿਨ ਦਾ ਮੌਸਮ ਤਾਂ ਕਿੱਦਾਂ ਰਹੇਗਾ ਤਾਂ ਜਾਣਾਂਗੇ ਹੀ, ਲੇਕਿਨ ਜਨਮ ਅਸ਼ਟਮੀ ਵਾਲੇ ਦਿਨ ਵੈਦਰ ਕਿੱਦਾਂ ਰਹੇਗਾ, ਕਿ ਹੈਵੀ ਰੇਨਫਾਲ ਹੈ ਕਿ ਨੋਰਮਲ ਲਾਈਟ ਟੂ ਮੋਡਰੇਟ ਰੇਨਫਾਲ ਹੈ, ਔਰ ਕਿੱਦਾਂ ਦੀ ਬਾਰਿਸ਼ ਰਾਜ ਦੇਗੀ, ਬਿਲਕੁਲ ਵੀ ਨਹੀਂ ਹੋਏਗੀ, ਮੌਸਮ ਇੱਦਾਂ ਹੀ ਐਜ਼ ਇਟ ਇਜ਼ ਸਨੀ ਡੇ ਰਹੇਗਾ। ਸੋ ਚਰਚਾ ਕਰਦੇ ਹਾਂ ਸੋਮਪਾਲ ਜੀ ਨਾਲ ਜੋ ਕਿ ਵੈਦਰ ਡਿਪਾਰਟਮੈਂਟ ਤੋਂ ਹੈੱਡ ਨੇ, ਕਲਾਈਮੇਟ ਚੇਂਜ ਡਿਪਾਰਟਮੈਂਟ ਦੇ, ਅਤੇ ਉਹ ਫਿਰ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਵੈਲਕਮ। ਸਤਿ ਸ਼੍ਰੀ ਅਕਾਲ ਸਰ। ਸੋ ਸਰ, ਪਹਿਲਾਂ ਤਾਂ ਇਹ ਦੱਸੋ ਐਸਾ ਮੌਸਮ ਦਾ ਰੁਝਾਨ ਕੀ ਹੈ ਆਉਣ ਵਾਲੇ 2 ਦਿਨਾਂ ਦਾ? ਦੇਖੋ ਪਿਛਲੇ ਹਫ਼ਤੇ ਆਪਾਂ ਦੇਖਿਆ ਸੀਗਾ ਜਿਹੜੀ ਰੇਨਫਾਲ ਹੈਗੀ ਹੈ ਉਹ ਡੈਫੀਸਿਟ ਸੀਗੀ ਅਤੇ ਰਾਤੀਂ ਇੱਕ ਸਿਸਟਮ ਬਣਿਆ ਆਪਣੇ ਸੈਂਟਰਲ ਪੰਜਾਬ ਦੇ ਵਿੱਚ ਅਤੇ ਸਵੇਰੇ ਜਿਹੜੀ ਹੈਗੀ ਹੈ 4:30 ਵਜੇ ਦੇ ਆਸ ਪਾਸ ਜਿਹੜੀ ਹੈਗੀ ਹੈ 18 ਮਿਲੀਮੀਟਰ ਰੇਨਫਾਲ ਪਈ ਹੈ ਅਤੇ ਲੁਧਿਆਣੇ ਦੇ ਆਲੇ ਦੁਆਲੇ ਵੀ ਪਈ ਹੈ, ਕਈ ਹੋਰ ਜਗ੍ਹਾ ਵੀ ਮੈਂ ਡੇਟਾ ਦੇਖਿਆ ਉੱਥੇ ਵੀ ਜੋ ਹੈ ਰੇਨਫਾਲ ਹੋਈ ਹੈ। ਇਸ ਕਰਕੇ ਜੋ ਨਾ ਟੈਂਪਰੇਚਰ ਹੋਰ ਨੋਰਮਲ ਆ ਗਿਆ, ਜਿਹੜਾ ਮੈਕਸੀਮ ਟੈਂਪਰੇਚਰ ਹੈ ਉਹ ਵੱਧ ਚੱਲਦਾ ਪਿਆ ਸੀਗਾ ਉਹ ਵੀ ਨੋਰਮਲ ਆ ਗਿਆ, ਅਤੇ ਮਿਨੀਮਮ ਟੈਂਪਰੇਚਰ ਜਿਹੜਾ ਸੀਗਾ ਉਹ ਅਬੋ ਨੋਰਮਲ ਚੱਲਦਾ ਪਿਆ ਸੀਗਾ ਅਤੇ ਅੱਜ ਉਹ ਵੀ ਜੋ ਹੈ ਨੋਰਮਲ ਟੈਂਪਰੇਚਰ ਹੈਗਾ। ਅਤੇ ਇਸ ਤਰ੍ਹਾਂ ਜਿਹੜਾ ਅਗਲੇ ਆਉਣ ਵਾਲੇ ਜਿਹੜੇ 2-3 ਦਿਨ ਹੈਗੇ ਹੈ, ਫਿਲਹਾਲ ਜਿਹੜੀ ਹੈਗੀ ਹੈ ਮੌਨਸੂਨ ਐਕਟਿਵ ਹੈਗੀ ਹੈ ਅਤੇ ਉਮੀਦ ਕਰਦੇ ਹਾਂ ਇਹ ਹੈਵੀ ਰੇਨਫਾਲ ਦੀ ਤਾਂ ਕੋਈ ਫੋਰਕਾਸਟ ਹੈ ਨਹੀਂ ਗੀ ਫਿਲਹਾਲ, ਬਈ ਆਪਾਂ ਭਾਰਾ ਮੀਂਹ ਨਹੀਂ ਪੈ ਸਕਦਾ, ਲਾਈਟ ਦੀ ਸ਼ਾਵਰ ਜੋ ਹੈ ਨਾ ਇਹ 2-3 ਦਿਨ ਦੀ ਫੋਰਕਾਸਟ ਅਜੇ ਹੈਗੀ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਕਿੰਨਾ ਤਾਪਮਾਨ ਇਸ ਸਮੇਂ ਚੱਲ ਰਿਹਾ? ਤਾਪਮਾਨ ਇਸ ਟਾਈਮ ਜੋ ਹੈ ਅੱਜ ਕੱਲ੍ਹ 2-3 ਦਿਨ ਜਿਹੜਾ ਮੈਂ ਦੱਸਿਆ ਮੈਕਸੀਮਮ ਜਿਹੜਾ ਸੀਗਾ 36-37 ਚੱਲਦਾ ਪਿਆ ਸੀਗਾ, ਲੇਕਿਨ ਕੱਲ੍ਹ ਜਿਹੜਾ ਰਿਕਾਰਡ ਕੀਤਾ ਉਹ 34 ਡਿਗਰੀ ਸੀਗਾ ਅਤੇ ਨੀਚੇ ਵਾਲਾ ਮਿਨੀਮਮ ਟੈਂਪਰੇਚਰ ਜਿਹੜਾ ਉਹ 26 ਡਿਗਰੀ ਟੈਂਪਰੇਚਰ ਸੀਗਾ, ਇਹ ਜਿਹੜਾ ਨੋਰਮਲ ਟੈਂਪਰੇਚਰ ਦੇ ਵਿੱਚ ਆਉਂਦਾ। ਸੋ ਸਰ, ਹੁਣ ਫਾਈਨਲੀ ਗੱਲ ਕਰਦੇ ਹਾਂ ਜਿਸ ਕਰਕੇ ਅੱਜ ਦਾ ਆਪਾਂ ਇਸ ਇੰਟਰਵਿਊ ਕਰ ਰਹੇ ਹਾਂ, ਕਿਉਂਕਿ ਸੋਮਵਾਰ ਬਹੁਤ ਵੱਡਾ ਦਿਨ ਹੈ ਪੂਰੇ ਹਿੰਦੁਸਤਾਨ ਵਾਸਤੇ, ਖਾਸ ਤੌਰ 'ਤੇ ਅਗਰ ਲੁਧਿਆਣਾ ਵਾਸੀਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੀ ਸ਼ਹਿਰ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਜਨਮ ਅਸ਼ਟਮੀ ਨੂੰ ਲੈ ਕੇ, ਕਿੱਦਾਂ ਦੇਖਦੇ ਉਸ ਦਿਨ ਵੈਦਰ ਕਿੱਦਾਂ ਦਾ ਰਹੇਗਾ, ਕਿਸ ਤਰ੍ਹਾਂ ਦਾ ਆਲ ਓਵਰ ਵੈਦਰ ਰਹੇਗਾ ਸਵੇਰੇ ਦਾ ਔਰ ਰਾਤ ਦਾ, ਗੱਲ ਕਰੀਏ ਤਾਂ? ਜੀ, ਰੇਨਫਾਲ ਦੀ ਹੀ ਮੇਨ ਜਿਹੜੀ ਗੱਲ ਹੈਗੀ ਹੈ, ਫਿਲਹਾਲ ਜ਼ਿਆਦਾ ਜਿਸ ਤਰ੍ਹਾਂ ਮੈਂ ਕਿਹਾ ਜ਼ਿਆਦਾ ਹੈਵੀ ਰੇਨਫਾਲ ਦੀ ਫੋਰਕਾਸਟ ਨਹੀਂ ਗੀ ਅਤੇ 28
ਅਗਸਤ ਤੋਂ ਬਾਅਦ ਇੱਕ ਐਕਟਿਵ ਮੌਨਸੂਨ ਸਿਸਟਮ ਆ ਰਿਹਾ ਹੈ, ਉਸ ਤੋਂ ਬਾਅਦ ਜੋ ਹੈ ਮੈਕਸੀਮਮ ਜਿਹੜੀ ਹੈਗੀ ਹੈ ਜ਼ਿਆਦਾ ਰੇਨਫਾਲ ਦੀ ਜਿਹੜੀ ਹੈਗੀ ਆ ਉਮੀਦ ਹੈਗੀ ਹੈ। ਬਟ 26-27 ਨੂੰ ਜਿਹੜੀ ਹੈਗੀ ਆ ਆਪਣੀ ਜ਼ਿਆਦਾ ਮੀਂਹ ਦੀ ਫੋਰਕਾਸਟ ਨਹੀਂ ਗੀ, ਮੋਡਰੇਟ ਰੇਨਫਾਲ, ਕਿਉਂਕਿ ਇਹ ਜਿਹੜਾ ਮੌਨਸੂਨ ਸੀਜ਼ਨ ਹੁੰਦਾ ਹੈ ਇਹਦੇ 'ਚ ਇਹ ਬੜਾ ਫਾਸਟ ਚੇਂਜ ਹੁੰਦਾ ਹੈ। ਜੇ ਬੱਦਲ ਹੁਣ ਆ ਗਿਆ ਤੁਹਾਨੂੰ ਲੱਗੇਗਾ ਵੀ ਜੋ ਹੈ ਨਾ ਕਿ ਬੱਦਲ ਹੈ ਨਹੀਂ ਗਾ ਅਤੇ ਮੀਂਹ ਦੇ ਕੋਈ ਚਾਂਸ ਨਹੀਂ ਗੇ, ਥੋੜ੍ਹੀ ਦੇਰ ਬਾਅਦ ਜੋ ਹੈ ਨਾ ਚੇਂਜ ਹੋ ਕੇ ਫਾਸਟ ਚੇਂਜ ਹੁੰਦਾ ਅਤੇ ਇਸ ਤਰ੍ਹਾਂ ਮੋਡਰੇਟ ਰੇਨਫਾਲ ਦੇ ਚਾਂਸ ਹੈਗੇ ਹੈ, ਹੋ ਸਕਦੇ ਹੈ। ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਨਮ ਅਸ਼ਟਮੀ ਦਿਨ ਸੋਮਵਾਰ ਨੂੰ ਜਿਹੜਾ ਵਾ ਬਿਲਕੁਲ ਵੀ ਬਰਸਾਤ ਨਹੀਂ ਹੈਗੀ, ਸਨੀ ਡੇ ਐਜ਼ ਇਟ ਇਜ਼ ਰਹੇਗਾ? ਹਾਂ ਨਹੀਂ, ਫਿਲਹਾਲ ਇਹ ਹੈ ਮੋਡਰੇਟ ਰੇਨਫਾਲ ਦੀ ਫੋਰਕਾਸਟ ਹੈਗੀ ਆ, ਲਾਈਟ ਆਪਾਂ ਇਹ ਨਹੀਂ ਕਹਿ ਸਕਦੇ ਸਨੀ ਰਹੇਗਾ, ਪੈ ਸਕਦੀ ਹੈ ਬਟ ਜ਼ਿਆਦਾ ਭਾਰੀ ਮੀਂਹ ਦੀ ਕੋਈ ਉਮੀਦ ਨਹੀਂ ਹੈ। ਹਾਂਜੀ, ਮਤਲਬ ਕਹਿ ਲਓ ਜੀ ਜਿੱਦਾਂ ਅੱਜ ਦਾ ਦਿਨ ਬੀਤ ਰਿਹਾ ਉੱਦਾਂ ਦੇ ਰਿਹਾ। ਯੈਸ ਯੈਸ ਯੈਸ, ਇਸੇ ਤਰ੍ਹਾਂ ਦਾ ਰਹੇਗਾ, ਟੈਂਪਰੇਚਰ ਵੀ ਐਸਾ ਰਹੇਗਾ। ਅਤੇ ਮਤਲਬ ਮੈਂ ਫਿਰ ਇਹ ਰਿਪੀਟ ਕਰਿਆ, ਜਦੋਂ ਜਿਸ ਤਰ੍ਹਾਂ ਅਲਰਟ ਨਹੀਂ ਹੁੰਦਾ, ਆਪਾਂ ਯੈਲੋ ਅਲਰਟ ਦਿੱਤਾ ਜਾਂ ਔਰੇਂਜ ਅਲਰਟ ਦਿੱਤਾ, ਉਹ ਹੈ ਨਹੀਂਗਾ ਫਿਲਹਾਲ। ਹਾਂ, ਅਲਰਟ ਕੋਈ ਨਹੀਂਗਾ ਅਤੇ ਉਹ ਮਤਲਬ ਜੋ ਹੈ ਨਾ ਜਿਹੜੀ ਸ਼ਾਵਰ ਜੀ ਹੁੰਦੀ ਹੈ ਜਾਂ ਲਾਈਟ ਮੀ ਹੁੰਦਾ। ਹਾਂ, ਅਤੇ ਕਿਉਂਕਿ ਇਹ ਮੌਨਸੂਨ ਸੀਜ਼ਨ ਹੈ, ਫਿਰ ਵੀ ਮੈਂ ਫਿਰ ਦੁਬਾਰਾ ਕਹਿ ਰਿਹਾ ਕਿਉਂਕਿ ਇਹ ਜੋ ਹੈ ਨਾ ਅਲਰਟ ਕੋਈ ਹੈ ਨਹੀਂਗਾ ਬਟ ਇਹ ਫਾਸਟ ਚੇਂਜ ਹੁੰਦਾ ਹੈ ਅਤੇ ਮਾੜੀ ਮੋਟੀ ਜੋ ਹੈ ਨਾ ਹੈਵੀ ਰੇਨਫਾਲ ਕੋਈ ਨਾ ਕੋਈ ਹੋ ਵੀ ਸਕਦੀ ਹੈ। ਫਿਲਹਾਲ ਕੋਈ ਇਹੋ ਜਿਹੀ ਕੋਈ ਅਲਰਟ ਹੈ ਨਹੀਂਗਾ। ਠੀਕ ਹੈ, ਕਿਸਾਨ ਵੀਰ ਲਈ ਮੌਸਮ ਇਸ ਸਮੇਂ ਕਿੱਦਾਂ ਦਾ ਚੱਲਦਾ? ਕਿਸਾਨ ਵੀਰਾਂ ਲਈ ਤਾਂ ਮਤਲਬ ਜਵਾਨਾ ਕਿ ਵੈਸੇ ਤਾਂ ਕਿਉਂਕਿ ਹੁਣ ਅੱਗੇ ਅੱਗੇ ਜੇ ਮੰਨ ਲਿਆ ਮੀਂਹ ਵੱਧ ਪੈਂਦੇ ਹੈ ਤਾਂ ਫਿਰ ਨੁਕਸਾਨ ਹੀ ਹੋਣਾ ਫਿਲਹਾਲ ਜਵਾਨਾ, ਕਿਉਂਕਿ ਰਾਈਸ ਦੀ ਜਿਹੜੀ ਕਰੋਪ ਹੈ ਉਹ ਵੱਧ ਗਈ ਹੈ। ਠੀਕ ਹੈ, ਅਤੇ ਫਿਲਹਾਲ ਕੋਈ ਨੁਕਸਾਨ ਨਹੀਂਗਾ, ਜੇ ਇੱਕ ਦੋ ਮੀਂਹ ਹੋਰ ਪੈ ਜਾਂਦੇ ਹੈ ਤਾਂ ਫਿਲਹਾਲ ਕੋਈ ਨੁਕਸਾਨ ਨਹੀਂਗਾ, ਪਾਣੀ ਦੀ ਤਾਂ ਲੋੜ ਹੈਗੀ ਹੈ। ਬਟ ਜਿਹੜੀ ਅਗੇਤੀ ਲਾਈ ਹੋਈ ਫਸਲਾਂ ਨੇ, ਠੀਕ ਹੈ, ਉਹਨਾਂ ਨੂੰ ਜੇ ਵੱਧ ਮੀਂਹ ਪੈ ਜਾਂਦਾ ਤਾਂ ਫਿਰ ਆਉਣ ਵਾਲੇ ਲਾਸਟ ਐਪੀਸੋਡ ਦੇ ਵਿੱਚ ਚਰਚਾ ਹੋਈ ਸੀ ਕਿ 190 ਮਿਲੀਮੀਟਰ ਬਰਸਾਤ ਦੀ ਨੀਡ ਹੈਗੀ ਇਸ ਮਹੀਨੇ, ਅਗਰ ਉਸ ਤੋਂ ਉੱਪਰ ਜਾਏਗੀ ਫਿਰ ਨੁਕਸਾਨ ਹੈ, ਅਗਰ ਉਹਦੇ ਵਿੱਚ ਹੁੰਦਾ ਫਿਰ ਕੋਈ ਪ੍ਰੋਬਲਮ? ਹਾਂ, ਕਿਉਂਕਿ ਜਦੋਂ ਸਤੰਬਰ 'ਚ ਕਿਉਂਕਿ ਅੱਜ 23-23 ਤਾਰੀਖ ਹੋ ਗਈ ਹੈ, ਸਤੰਬਰ ਵਾਲੇ ਮੀਂਹ ਇਹਨੂੰ ਖਰਾਬ ਕਰ ਦਿੰਦੇ ਕਿਉਂਕਿ ਆਲਮੋਸਟ ਜਿਹੜੀ ਹੈ ਉਹ ਫਲਾਵਰਿੰਗ ਦੇ ਵਿੱਚ ਆ ਜਾਂਦੀ ਹੈ ਆਪਣੀ ਰਾਈਸ ਜਿਹੜੀ ਹੈਗੀ ਹੈ। ਅਤੇ ਫਿਲਹਾਲ ਮਤਲਬ ਫਿਲਹਾਲ ਕੋਈ ਇੱਦਾਂ ਨੁਕਸਾਨ ਨਹੀਂਗਾ, ਜੋ ਹੈ ਨਾ ਰੇਨਫਾਲ ਫਿਲਹਾਲ ਠੀਕ ਹੈ। ਠੀਕ ਹੈ, ਬਹੁਤ ਸ਼ੁਕਰੀਆ, ਥੈਂਕ ਯੂ। ਸੋ ਇਹ ਸੀਗਾ ਡਾਕਟਰ ਸੋਮਪਾਲ ਜਿਹਨਾਂ ਨੇ ਦੱਸਿਆ ਕਿ ਕਿਸ ਪ੍ਰਕਾਰ ਦੇ ਨਾ ਆਉਣ ਵਾਲੇ 2-3 ਦਿਨ ਜਿਹੜੇ ਹੈਗੇ ਨੇ ਉਹਦੇ 'ਚ ਬਰਸਾਤ ਜਿਹੜੀ ਹੈ ਜ਼ਿਆਦਾ ਹੈਵੀ ਰੇਨ ਜਿਹੜੀ ਹੈ ਨਹੀਂ ਦੇਖੀ ਜਾ ਰਹੀ, ਲੇਕਿਨ ਮਾਨਸੂਨ ਹੋਣ ਦੇ ਨਾਤੇ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਬੂੰਦਾਬਾਂਦੀ ਜਿਹੜੀ ਹੈ ਕਿਸੇ ਵੀ ਸਮੇਂ ਹੋ ਸਕਦੀ ਹੈ ਔਰ ਨਹੀਂ ਵੀ ਹੋ ਸਕਦੀ। ਸੋ ਦੋਨੋਂ ਚਾਂਸਿਸ ਜਿਹੜੇ ਨੇ ਲੈ ਕੇ ਚੱਲ ਰਹੇ ਹਾਂ ਆਲ ਓਵਰ। ਔਰ ਅਗਰ ਗੱਲ ਕਰੀਏ ਆਉਣ ਵਾਲੇ 2-3 ਦਿਨ ਜਿਹੜੇ ਨੇ ਉਹ ਐਜ਼ ਇਟ ਇਜ਼ ਇਸ ਤਰ੍ਹਾਂ ਹੀ ਰਹਿਣਗੇ ਜਿਸ ਤਰ੍ਹਾਂ ਅਸੀਂ ਆਪਣਾ ਅੱਜ ਦਾ ਦਿਨ ਬਿਤਾ ਰਹੇ, ਯਾਨੀ ਕਿ ਸਵੇਰ ਦਾ ਮਾਹੌਲ ਵਿੱਚੋਂ ਸਮਟਾਈਮਸ ਬਣ ਜਾਂਦਾ ਕਿ ਬਰਸਾਤ ਆਉਣ ਵਾਲੀ ਹੈ ਲੇਕਿਨ ਆਉਂਦੀ ਨਹੀਂ ਹੈ। ਸੋ ਇੱਦਾਂ ਦੇ 1-2 ਦਿਨ ਜਿਹੜੇ ਨੇ ਆਮ ਤੌਰ 'ਤੇ ਦੇਖਣ ਨੂੰ ਮਿਲਣਗੇ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ, ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ, ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ।